पंजाब दी वड्डी सियासी खबर की गल कर लिए आम आदमी पार्टी ने शरेआम श्रोमणी अकाली दल अते बीजेपी का गठजोड़ होण दा दावा किया है। मालविंदर सिंह कंग ने कहा है कि दोवें पार्टियां छेती ही गठजोड़ का ऐलान कर सकदियां ने। अनहोली अलायंस दियां दोनों पार्टियां नूं इस गल नूं मजबूरी है कि जे पब्लिक डोमेन च लैके आउणगे ते लोक इन्हां दे मगर पैणगे। इह सार्थक माहौल जिहड़ा है उहदी उडीक विच हजे इस गल नूं लका के बैठे। हालांकि अज एक लीडिंग इंग्लिश न्यूज पेपर ने भी इस गल ते इशारा किया कि जिहड़ा भाजपा और अकाली दल बादल पार्टी का अलायंस हो चुकिया है, जिहदे च हरसिमरत कौर बादल इलैक्शन लड़ूगी, सुखबीर सिंह बादल और बिक्रम मजीठिया की कंडीशन जिहड़ी आ भाजपा ने लाई आ, क्योंकि लोग उन्होंने नफरत करते हैं, ये रिस्क नहीं लै सकते। जबकि दूसरे पासे श्रोमणी अकाली दल ने भी इसका जवाब दिता है। डॉक्टर दलजीत सिंह चीमा ने कहा है कि आम आदमी पार्टी अपने गठजोड़ तो ध्यान हटवाउण दे लई लोक मुद्दियां तो ध्यान भटकाउण दे लई अजे बयान दे रही है। कहिंदे तुसीं चिंता ना करो, जे साडे च गठजोड़ होया तां असीं अपने आप दस देंगे। केजरीवाल साहब नूं पुछदा कि तुहाडे बुलारे ने प्रेस कॉन्फ्रेंस कीती है ते मैनूं दसो भई अकाली दल दा बीजेपी नाल होया जां नहीं होया, ਤੁਹਾਨੂੰ ਨੀਂਦ ਕਿਉਂ ਨਹੀਂ ਆਉਂਦੀ? ਇਹ ਐਡੀ ਤੁਹਾਡੀ ਕੀ ਮਜਬੂਰੀ ਬਣ ਗਈ ਕਿ ਤੁਸੀਂ ਇੱਕ ਝੂਠੀ ਪ੍ਰੈਸ ਕਾਨਫਰੰਸ ਆਪਣੀ ਪਾਰਟੀ ਦੇ ਜਿਹੜਾ ਮੁੱਖ ਬੁਲਾਰੇ ਤੋਂ ਅਧਿਕਾਰਤ ਤੌਰ ਦੇ ਉੱਤੇ ਕਰਾ ਰਹੇ? ਅਸੀਂ ਸਮਝਦੇ ਹਾਂ ਕਿ ਜਿਹੜੀ ਪੰਜਾਬ ਦੇ ਵਿੱਚ ਹੋਏ ਹੋਏ ਹੋ ਰਹੀ ਹੈ, ਜਿਹੜਾ ਕਾਂਗਰਸ ਦਾ ਅਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋਇਆ, ਉਹਦੇ ਤੋਂ ਧਿਆਨ ਹਟਾਉਣ ਦੇ ਵਾਸਤੇ ਤੁਸੀਂ ਦੂਜੀਆਂ ਪਾਰਟੀਆਂ ਦੀਆਂ ਇਹੋ ਜਿਹੀਆਂ ਝੂਠੀਆਂ ਪ੍ਰੈਸ ਕਾਨਫਰੰਸ ਸ਼ੁਰੂ ਕਰ ਦਿੱਤੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ 3 ਦਿਨਾਂ ਦੌਰੇ ਤੋਂ ਬਾਅਦ ਕੱਲ ਛੱਤੀਸਗੜ੍ਹ ਪਹੁੰਚ ਗਏ। ਬਸਤਰ ਦੇ ਵਿੱਚ ਰੈਲੀ ਕੀਤੀ ਅਤੇ ਲੋਕਾਂ ਨੂੰ ਆਪਣੀ ਸਰਕਾਰ ਦਿੱਲੀ ਵਾਲੀ ਤੇ ਪੰਜਾਬ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਆਉਂਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿੱਧਾ ਸਿੱਧਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ ਬਿਆਨਬਾਜ਼ੀ ਕਰਦੇ ਨੇ, ਦੇਸ਼ ਦੀ ਜਨਤਾ ਨੂੰ ਝੂਠ ਬੋਲਦੇ ਨੇ। ਕਹਿੰਦੇ ਜਦੋਂ ਕਸ਼ਮੀਰ ਦੇ ਵਿੱਚ ਸਾਡੇ ਜਵਾਨ ਸ਼ਹੀਦ ਹੋ ਰਹੇ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਸ਼ਨ ਮਨਾ ਰਹੇ ਸੀ। ਕਹਿੰਦੇ ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਉਹ ਚਾਹ ਬਣਾਉਣਾ ਜਾਣਦੇ ਵੀ ਹਨ ਜਾਂ ਫਿਰ ਨਹੀਂ। ਜਦਕਿ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ, ਸਾਡੀ ਪਾਰਟੀ ਕਹਿੰਦੇ, ਜਿਸ ਨੂੰ ਇਹ ਜੁਮਲੇਬਾਜ਼ੀ ਪਾਰਟੀ ਕਹਿੰਦੇ ਨੇ, ਜਿਹੜੀ ਚੀਜ਼ ਦੀ ਸਾਡੀ ਪਾਰਟੀ ਗਰੰਟੀ ਦਿੰਦੀ ਹੈ ਉਹਨੂੰ ਅਸੀਂ ਪੂਰਾ ਕਰਦੇ ਹੀ ਕਰਦੇ ਹਾਂ। ਅਰਵਿੰਦ ਕੇਜਰੀਵਾਲ ਨੇ ਵੀ ਕਸ਼ਮੀਰ ਦੇ ਵਿੱਚ ਇੱਕ ਪਾਸੇ ਜਵਾਨਾਂ ਦੀ ਸ਼ਹਾਦਤ ਅਤੇ ਦੂਸਰੇ ਪਾਸੇ ਬੀਜੇਪੀ ਹੈੱਡਕੁਆਰਟਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਸੀ ਉਸ ਨੂੰ ਲੈ ਕੇ ਤੰਜ ਕੱਸਿਆ।